ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਲੇਕਿਨ ਅਭੀ ਇਸਕੋ ਚੈੱਕ ਕਰ ਰਹੇ ਹਾਂ ਵੀ ਪ੍ਰੀਲਿਮਿਨਰੀ ਜੋ ਇਨਫੋਰਮੇਸ਼ਨ ਹੈ ਐਸੀ ਕੋਈ ਕਿਸੇ ਚੀਜ਼ ਕੀ ਹਮੇ ਕੋਈ ਬਲਾਸਟ ਕੀ ਇਨਫੋਰਮੇਸ਼ਨ ਨਹੀਂ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੇ ਤੋਂ ਸਭ ਆਖੋ ਵੀ ਜਾਂਦੇ ਹੋ ਕਿ ਬੀਤੇ ਦਿਨੀ ਪੂਰਾ ਅੰਮ੍ਰਿਤਸਰ ਸ਼ਹਿਰ ਬੰਬਾਂ ਦੇ ਧਮਾਕਿਆਂ ਦੇ ਨਾਲ ਦਹਿਲ ਗਿਆ ਸੀ ਤੇ ਇਹ ਜਾਂਚ ਕੀਤੀ ਜਾ ਰਹੀ ਸੀ ਕਿ ਆਖਿਰ ਇਹ ਧਮਾਕੇ ਕਿਉਂ ਹੋਏ ਨੇ ਤੇ ਕਿਸ ਜਗ੍ਹਾ ਦੇ ਵਿੱਚ ਹੋਏ ਨੇ, ਜਿਸ ਦਾ ਖੁਲਾਸਾ ਹੁਣ DGP ਪੰਜਾਬ ਦਿਨਕਰ ਗੁਪਤਾ ਨੇ ਕੀਤਾ ਹੈ ਕਿ ਆਖਿਰ ਇਹ ਧਮਾਕੇ ਕਿਉਂ ਹੋਏ ਸਨ। ਘਟਨਾ ਹੋਈ ਸੀਗੀ ਉਹ ਕੁਛ ਸੋਨਿਕ ਬੂਮ ਸੀਗੇ, ਉਹ ਕੋਈ ਉਹ ਜਿਹੜੀ ਆਪਣੀ ਇੰਡੀਅਨ ਏਅਰਫੋਰਸ ਦੀ ਕੋਈ ਆਪਣੀ ਉਹਨਾਂ ਦੇ ਆਪਰੇਸ਼ਨਸ ਕੋਈ ਡਰਿਲ ਵਗੈਰਾ ਸੀਗੀ, ਉਸ ਚੀਜ਼ ਦਾ ਸੋਨਿਕ ਬੂਮ ਸੀਗਾ, ਉਹ ਕੋਈ ਖਤਰੇ ਵਾਲੀ ਗੱਲ। ਜੀ ਹਾਂ, ਇਹ ਸੋਨਿਕ ਬੂਮਸ ਦੀ ਆਵਾਜ਼ ਸੀ ਜੋ ਏਅਰਫੋਰਸ ਵੱਲੋਂ ਡਰਿਲ ਕੀਤੇ ਗਏ ਸਨ, ਜਿਸ ਤੋਂ ਆਵਾਮ ਨੂੰ ਜਾਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਪਰ ਆਰਮੀ ਏਅਰਫੋਰਸ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਜਦੋਂ ਵੀ ਕੋਈ ਅਜਿਹੀ ਕਾਰਵਾਈ ਕੀਤੀ ਜਾਵੇ ਤਾਂ ਆਵਾਮ ਨੂੰ ਜਲਦ ਅਵੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਨਾ ਪੈਦਾ ਹੋ ਸਕੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।